ਸਰਪੰਚ ਸਾਹਿਬ ਬਣੀ ਗੱਲ ਥੋੜਾ ਜਿਹਾ ਹੋਰ ਘੁਮਾ ਦੇ ਆ ਗਿਆ ਆ ਗਿਆ ਆ ਗਿਆ ਮਿੰਟ ਕਰ ਦੇ ਇੱਥੇ ਹੀ ਆ ਗਿਆ ਆ ਗਿਆ ਆਜਾ ਆਜਾ ਥੱਲੇ ਆਜਾ ਆ ਗਿਆ ਜਿੰਦੂ ਚੱਲ ਪੋਲਾ ਕਿੱਥੇ ਚੁੱਪਚਾਪ ਬੈਠ ਕੇ ਦੇਖੋ ਸਾਰੇ ਜਣੇ ਚੱਲ ਪਿਆ ਟੈਲੀਵਿਜ਼ਨ ਓਏ ਪੋਲਾ ਤਾਂ ਆਇਆ ਹੀ ਨਹੀਂ ਉਹ ਪੋਲਾ ਲੱਗਿਆ ਹੋਣਾ ਕਿਤੇ ਸੇਵਾ ਤੇ ਤੁਸੀਂ ਆਰਾਮ ਨਾਲ ਬੈਠ ਕੇ ਟੈਲੀਵਿਜ਼ਨ ਦੇਖੋ ਉਹ ਨਾ ਨਾ ਮਾਟਰ ਜੀ ਪੋਲੇ ਬਿਨਾ ਕੀ ਨਜ਼ਾਰਾ ਉਹਨਾਂ ਟੈਲੀਵਿਜ਼ਨ ਵੇਖਣ ਦਾ ਹਾਂ ਉਹ ਚਲੋ 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 ਆਜੋ ਸਾਰੇ ਮੇਰੇ ਪਿੱਛੇ ਚਲੋ ਯਾਰ ਇਹ ਵੀ ਕਮਲ ਹੀ ਨੇ ਬਸ ਚਾਚਾ ਪੋਲਾ ਇੱਥੇ ਹੈ ਉਹ ਆਇਆ ਤਾਂ ਸੀ ਆ ਡੰਗਰਾਂ ਨੂੰ ਪੱਠੇ ਪਾ ਕੇ ਜਾਂਦਾ ਰਿਹਾ ਆ ਮੇਜਰ ਕਿਆ ਵੱਲੇ ਗਿਆ ਹੋਣਾ ਮੇਰੇ ਤਾਂ ਹੁਣੇ ਚੱਕੀਆਂ ਕਣਕ ਪਿਆ ਕੇ ਛੱਡ ਕੇ ਗਿਆ ਤੁਹਾਡੇ ਮੋਰੇ ਮੋਰੇ ਨਾ ਭਾਈ ਇੱਥੇ ਤਾਂ ਨਹੀਂ ਆਇਆ ਸਗੋਂ ਮੈਂ ਮੰਜੇ ਦੀਆਂ ਦੌੜਾਂ ਕਥਨ ਲਈ ਕਿਹਾ ਸੀ ਆਇਆ ਹੀ ਨਹੀਂ ਹੈ ਕਿਹੋ ਉਹਨੂੰ ਹੈ ਠੀਕ ਹੈ ਤਾਈ ਕਹਿ ਦਾਂਗੇ ਅੱਛਾ ਦੇਖ ਲੈ ਕਾਲੇ ਹਾਂ ਨਾਲੇ ਪੋਲਾ ਸਾਰੇ ਪਿੰਡ ਦੇ ਕੰਮ ਕਾਰ ਵੀ ਕਰਦਾ ਫਿਰ ਵੀ ਕਿਸੇ ਨਾ ਕਿਸੇ ਦਾ ਲੰਬਾ ਰਹੀ ਜਾਂਦਾ ਮੁੱਖੀ ਦੇ ਗੇਤ ਪਾਣੀ ਦੀ ਵਾਰੀ ਆ ਅੱਜ ਉੱਥੇ ਦੇਖਣ ਚੱਲੀਏ ਉਹ ਬਜ਼ੁਰਗੋ ਡਰਨ ਵਾਲੀ ਕੋਈ ਗੱਲ ਨਹੀਂ ਇੰਨਾ ਇੰਨਾ ਪੈਂਡਾ ਰੋਜ਼ ਮਾਰ ਦਿਓ ਉਹ ਨਿੱਕੀ ਜੀ ਬੁੜੀ ਤੋਂ ਡਰ ਉਹ ਦੋ ਚਾਰ ਵਾਰੀ ਲੰਘੇ ਤੇ ਆਪੇ ਝਾਕਾ ਖੁੱਲ ਜਾਣਾ ਬਾਬਾ ਜੀ ਨਾ ਕਿੰਨੇ ਕੁ ਚੇਨ ਨੂੰ ਟੱਪ ਜੋ ਪਾਰ ਨਾ ਤੇਰੇ ਭਾਅ ਦੀ ਹੁਣ 16 ਹੱਥੀ ਟਪੂਸੀ ਨਾ ਮਾਰ ਜੇ ਹਿਰਨ ਵਾਂਗੂ ਅਗਲਾ ਕਾਢਾ ਹੈ ਉਹ ਵੀ ਬਜ਼ੁਰਗ ਨਾ ਤੈਨੂੰ ਕਿਵੇਂ ਪਤਾ ਇਹ ਬਜ਼ੁਰਗ ਹੈ ਮੈਂ ਇਹਨਾਂ ਦੇ ਲਾਣੇ ਨੂੰ ਨਾ ਰੋਜ਼ ਵੇਖਦਾ ਇਧਰੋਂ ਮੋਖੇ ਕੇ ਖੇਤਾਂ ਨੂੰ ਨਾ ਦਾਣਾ ਪਾਣੀ ਲੈਣ ਜਾਂਦਾ ਮੁਰਦਿਆਂ ਨੂੰ ਪਾਣੀ ਲੱਗ ਜਾਂਦਾ ਬਾਕੀ ਸਾਰਾ ਟੱਬਰ ਭੱਜ ਕੇ ਲੰਘ ਜਾਂਦਾ ਇਹ ਵਿਚਾਰਾ ਪਿੱਛੇ ਹੌਲੀ ਹੌਲੀ ਆਉਂਦਾ ਹੁੰਦਾ ਮੁਖੇਰਾਂ ਦੇ ਬੜੇ ਬਾਬਿਆਂ ਨੂੰ ਮੁੜ ਕੇ ਵਿਚਾਰਾ ਇੱਥੇ ਬੈਠਾ ਡੀਕਦਾ ਰਹਿੰਦਾ ਕਿ ਕਦੋਂ ਦਰਿਆ ਉਤਰੇ ਤੇ ਕਦੋਂ ਮੈਂ ਪਾਰ ਲੰਘਾਂ ਜੇ ਨਹੀਂ ਜਾਂਦਾ ਤਾਂ ਚੱਕ ਕੇ ਧਰ ਦੇ ਦੂਜੇ ਪਾਸੇ ਨਾ 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 ਭੋਲਾ ਮੇਰਾ ਨਾਂ ਹੀ ਰੱਖਤਾ ਜਿਹੜੀਆਂ ਗੰਢਾਂ ਭੋਲਾ ਖੋਲੀ ਬੈਠਾ ਨਾ ਤੁਹਾਡੇ ਚਿੱਤ 'ਚ ਵੀ ਨਹੀਂ ਹੋਣੀਆਂ ਉਹ ਕਿਵੇਂ ਉਹ ਇਹ ਲੋੜ ਇਹਦੀ ਨਿੱਤ ਦੀ ਹੈ ਆਪਾਂ ਇਹਨੂੰ ਜਾਚ ਢੰਗ ਸਿਖਾ ਕੇ ਪੈਰਾਂ ਸਿਰ ਕਰਨਾ ਜੇ ਮੈਂ ਇਹਨੂੰ ਵੀ ਚੱਕ ਕੇ ਪਾਰ ਕਰਾ ਤਾ ਜਿਵੇਂ ਪੂਰੇ ਪਿੰਡ ਦਾ ਭੋਲੇ ਬਿਨਾਂ ਨਹੀਂ ਸਰਦਾ ਕੱਲ ਨੂੰ ਇਹ ਵੀ ਰੱਬ ਦਾ ਜੀਜਨ ਭੋਲੇ ਨੂੰ ਉਡੀਕਦਾ ਰੂ ਫਿਰ ਭੋਲਾ ਦੱਸ ਜਵਾਬ ਕਿਹਨੂੰ ਦਊ ਨਾ ਜਵਾਬ ਫਿਰ ਟੈਲੀਵਿਜ਼ਨ ਵੱਲੋਂ ਦੇ ਦਿੰਨੇ ਆ ਟੈਲੀਵਿਜ਼ਨ ਚੱਲ ਪਿਆ ਓਏ ਲੈ ਹੁਣ ਦਾ ਕਿੱਤੇ ਚੰਗਾ ਫਿਰ ਬਾਬਾ ਜੀ ਅੱਜ ਤੇ ਮਿੱਟੀ ਪਾਓ ਤੇ ਕੱਲ ਨੂੰ ਫਿਰ ਸੁੱਖ ਤੇ ਆਜੋ ਅੱਡੇ ਤੇ ਇਹ ਬੋਲੇ ਚੱਲ ਯਾਰ ਹਾਲੋ ਚੱਲ ਵੀ ਲੈ ਹੁਣ ਚਲੋ आज देश के प्रधानमंत्री मोरारजी देसाई ने एक मंच से देश की जनता को संबोधित करते हुए कहा ओ पाई कौन है पला लवी कपड़ियां तो ता लगदा भी ए पाई ना पक्का चाचे ने रे चाचे दा मुंडा ओए मूर्खो ए हुण दा प्रधानमंत्री अपने मुल्क दा मोरारजी देसाई ना है दा अच्छा ਤੇ ਮਾਸਟਰ ਜੀ ਕੀ ਕਹਿੰਦਾ ਏ ਲੱਡੂ ਸਿੰਘ ਟੈਕਸੀ ਵਾਲੇ ਦਾ ਪ੍ਰੋਗਰਾਮ ਕਦੋਂ ਕਹੂਗਾ ਅੱਜ ਨਹੀਂ ਆਉਣਾ ਲੱਡੂ ਟੈਕਸੀ ਵਾਲਾ ਅੱਜ ਦਾ ਪ੍ਰਧਾਨ ਮੰਤਰੀ ਦਾ ਖਾਸ ਭਾਸ਼ਣ ਦੇਸ਼ ਦੀ ਆਰਥਿਕ ਵਿਵਸਥਾ ਤੇ ਬੋਲ ਰਿਹਾ ਕਿਹੜੀ ਵਿਵਸਥਾ ਹੋਰ ਕੋਈ ਔਖੀ ਹੋਈ ਗੱਲ ਲੱਗਦੀ ਹੈ ਹੋਰ ਕੀ ਨਜ਼ਾਰਾ ਹੋਊ ਯਾਰ ਟੈਲੀਵਿਜ਼ਨ ਵੇਖਣ ਦਾ ਚਲ ਮੈਂ ਚੱਲਿਆ ਕਿੱਥੇ ਯਾਰ ਜਗੀਰੋ ਤਾਈ ਨੇ ਕਿਹਾ ਸੀ ਮੰਜੀਆਂ ਦੀਆਂ ਦੌੜਾਂ ਕੱਸਣੀਆਂ ਨਾ ਆ ਗਏ ਤੇ ਉਹਨਾਂ ਕਹਿਣਾ ਭੋਲੇ ਨੂੰ ਕੰਮ ਕਾਹਦਾ ਕਹਿਤਾ ਭੋਲਾ ਟੇਬੀ ਗਿਆ ਚੰਗਾ ਲੱਗਦਾ आज एक कृषि अनुसंधान केंद्र का उद्घाटन करते हुए देश के वित्त मंत्री श्री एचएम पटेल ने पोले पैसे 12 आने हैं ਲਤਾਈ ਮੈਂ ਕਿੰਨੀ ਵਾਰੀ ਕਿਹਾ ਬਿਨਾਂ ਤਾਂ ਮੈਨੂੰ ਪਤਾ ਲੱਗੇ ਵੀ ਤੁਹਾਡੇ 12 ਆਨੇ ਹੁਣ 14 ਆਨੇ ਦਾ ਕੀ ਹਿਸਾਬ ਆ ਤੇ ਨਾ ਮੈਨੂੰ ਇਹ ਪਤਾ ਲੱਗੇ ਵੀ ਇਹਨਾਂ ਵੱਟੇ ਮੁੱਲ ਕੀ ਆਊ ਮੈਂ ਇਹਨਾਂ ਦਾ ਕੀ ਕਰਨਾ ਕੁਝ ਖਾ ਪੀ ਲਈ ਹਲੋ ਪਹਿਲਾਂ ਉਹ ਹੀ ਖੀਸਾ ਭਾਰਾ ਕਰੀ ਫਿਰੋ ਫਿਰ ਹੱਟੀ ਤੇ ਜਾਓ ਫਿਰ ਖੋਪੜ ਤੇ ਜ਼ੋਰ ਦੋ ਵੀ ਹੁਣ ਖਾਈਏ ਕੀ ਇਹਦੇ ਨੂੰ ਤੂੰ ਹੀ ਦੇ ਦੇ ਮੈਨੂੰ ਕੋਈ ਖਾਣ ਨੂੰ ਮਹਾਂ ਦੀ ਦਾਲ ਨਾਲ ਰੋਟੀ ਲਿਆਵਾਂ ਰੋਟੀ ਰੋਟੀ ਤਾਂ ਸੱਚ ਭਰਜਾਈ ਨਾ ਦੱਸ ਜੇ ਵੀ ਇਹਨੇ ਪਿਆਰ ਨਾਲ ਬਣਾ ਕੇ ਰੱਖੀ ਹੈ ਤੇ ਭੋਲਾ ਬਾਹਰੋਂ ਖਾਇਆ ਪਰ ਚੱਲ ਬਾਹਲਾ ਕਹਿਣੀ ਆ ਤਾਂ ਮੈਂ ਫਿਰ ਇੱਥੇ ਹੀ ਖਾ ਜਾਂਦਾ ਤਾਈ ਚੱਲ ਚੰਗਾ ਨਾਲੇ ਨਾ ਮੈਂ ਸਵੇਰੇ ਬਿੰਦਰ ਕੇ ਮਟਰ ਲੈ ਕੇ ਜਾਣੇ ਆ ਤੇ ਮੈਂ ਕਹਿੰਦਾ ਸੀ ਕਿ ਮੈਂ ਇੱਥੇ ਨਾ ਪੈ ਜਾ ਕਿੱਥੇ ਤੜਕੇ ਘਰੋਂ ਤੁਰਿਆ ਆਊਂਗਾ ਕੋਈ ਨਾ ਇੱਥੇ ਹੀ ਪੈ ਜਾ ਹੋਰ ਤਾਇਆ ਠੀਕ ਠਾਕ ਕੀ ਕਹਿੰਦਾ ਦਰਵਾਜ਼ਾ ਖਬਰਾਂ ਚੱਲਦੀਆਂ ਮੇਰੇ 125 ਕਰੋੜ ਮੇਰੇ ਪਿਆਰੇ ਦੇਸ਼ ਵਾਸੀਓ ਆਓ ਹਮ ਸੰਕਲਪ ਕਰੇ ਹਮ ਗਰੀਬੀ ਕੋ ਪਰਾਸਤ ਕਰੇ ਹਮ ਵਿਜੇ ਸ਼੍ਰੀ ਕੋ ਪ੍ਰਾਪਤ ਕਰੇ ਭਾਰਤ ਸੇ ਗਰੀਬੀ ਕਾ ਉਨਮੂਲਨ ਹੋ ਉਸ ਸਪਨੋ ਕੋ ਲੇਕਰ ਕੇ ਹਮ ਚਲੇ ਔਰ ਪੜੋਸੀ ਦੇਸ਼ਾਂ ਕੇ ਪਾਸ ਵੀ ਯਹੀ ਤੋ ਸਮੱਸਿਆ ਹੈ ਸੇਠ ਜੀ ਕੁਝ ਦੇ ਦੋ ਸੁਬਹ ਸੇ ਭੁੱਖਾ ਹੂੰ ਸਾਥ ਦੇਖੋਗੇ ਸਭੀ ਸਾਥੀ ਕੋ ਮਿਲ ਕਰ ਕੇ ਗਰੀਬੀ ਕੇ ਖਿਲਾਫ ਜਿਵੇਂ ਸਰਵਾਦ
सेठ जी कितने से हो तुसी भाई? हम दरभंगा बिहार से। अरे यार तुम तो अपने तरफ के हो यार भाई, ये लो रखो। चंदन कठाई पांच दा नोट। नारायणी नमस्ते। एक रुपए छुट्टा नहीं है ना सेठ जी? बेटे फिर चुवानी ठियानी दे दे सेठ जी। सारे मंगल अटोनी चुवानी तो सरकार ने कॉप का बंद कर दिया। तनख्वाह लेना है जहाँ से सुखे है रू पैसे दे के भेजना। सारे मंगल मांगले सेठ जी, कोई जवाब तो दे दो, बहुत देर से खड़ा हूँ। देना तो तेन जवाब ही है, तू थोड़ा काला पै गया। चलो 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 चंदन, तेरे बीयर ही समझाया बार कपड़े लटकाने तो पहला नींबू मिर्चा लटकाया कर। नींबू मिर्च का होता है? नींबू नाल दुश्मन दे दंत खट्टे होंदे ने ते मिर्चा उहदे टकाने लगदी। मैं नहीं चाहुंदा घटिया लोकां दी घटिया नजर मेरी दुकान नूं लगे। नजर स्टैंडर्ड दी होवे तां वी है। मैं चलिया घरे नाश्ता कर, मगर दुकान दा ध्यान रखी। जी सर। मालिक घटिया बोलो आपको सुन गया है मैनू। ऐसी दुकान नू नजर नहीं आगे लगूगी। वो भी ऐस पट्टी तो बिरजू जी खोआ थे ले लग गया ना, तेरा फोन चाके पट्टी चपा देना। मैं टूटियां कट करना जो कट बड़ा कुमार सानू पैगी ठंडे प्यारी दो दिया दे मुंडे नाले लाली नी रज के पनीर खाएंगी। प्यारी दो दिया दे मुंडे नाले लाली ओ दुध पाले भाई। हाँ जी आप पीली चोकला तेरी हो आओ। यारा नी रज के पनीर खाएंगी। एक मिनट गल सुन। हाँ जी कोई नुस्खा तो दस भाई पानी वाले दुध चो पनीर किवें कढ़ी दा? नुस्खा तो है पर थोड़ा औखा। तू दस यार करो नोट। हाँ पिछली पेमेंट क्लियर कर दो, पनीर छोड़ो भावे खोआ कट लो। यारी दो दिया दे ओ हेलो कहीं नहीं मुड़ के लेना। नुस्खा तो सच्ची औखा है। जो थले लग गया ना देखी छोड़ दी नहीं देनू मैं। डैडी सिलेंडर के आते से बुक दो में। हाँ दो में। अच्छा वो चाशनी गर्म कर ली। अच्छा ठीक है खंड आ गई। हाँ मैं पीछे रखवाती नाले समोसे पैक कर दी। मैं मीटिंग से जाना है, मैं कपड़े बदल के आया पंजा मिनट। चंगा आ इत्थे चमन लाल दी दुकान केड़ी है जी? चमन लाल केड़ा चमन लाल? ओ बड़ी मशहूर दुकान है जी कपड़े दी। इन्नी मशहूर है तो तेनू क्यों नहीं पता? पिछली गली च पता कर ले। अरे जे तो है मशहूर चमन की दुकान, बताएगा ही नहीं। जे तेनु इन्नी मशहूर लगदी तो उठ ही जाके काम कर ले। लगदा मशहूर दुकानदार। ये देखिए बांजी बरगंडी कलर एकदम चंगा लगेगा आप पर। होया बरगंडी निया मैरून कलर। अच्छा कुछ और बताओ। ठीक है तो ये लीजिए बढ़िया कपड़ा, एकदम मोटा, सर्दी भी आ रही है देखिए। नहीं नहीं भैया ऐ नहीं लेना। अरे छू कर तो देखिए बहुत मजबूत कपड़ा है, एकदम मजबूत। इन्होंने केड़ा टेंट बनाना है? चलो उधर। सत श्रीकाल जी। सत श्रीकाल। तैनू किन्नी बारी क्या है गाहक वेख के सूट विखाया कर। यंग जनरेशन है, यंग कुड़ियां ठंड कितने लगती है जी। तुसी स्लिम हो गए होगे नालों। पर मैं तो इत्थे पहली बार आई हाँ। अच्छा 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 कल मैं कटरीना की फिल्म वेख ली सी, मैंने भुलेखा लग गया। लिया भी लिया सूट वा सिल्क वाले। कोई लेटेस्ट डिजाइन दिखाई वीरे? नीटा मैं जरा थोनू पीस दिखाऊं लगा ना जी। तोहफा है तोहफा, याद करोगे नीटे नाले नीटे ही दुकानू। लिया भी ला आ दिखा। शाबाश आ वेखो जी आ वेखो। ए आ आई के नहीं स्माइल थोड़े मुंह ते की कहंदे फिर? मैं जे मुंडा होके आना चाहता तुस तां फिर कुड़ियां हो। साडा एक समोसा नहीं बिकया, उनां दी दुकान खुलदे सारी गाहक आ गए। जो कने देखन लोग आई जांदे ने। देखो 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 सिर तुझ नहीं लगे कितना मुन्नी बने होया। बोड़ी बोड़ी हैने तो कुछ नहीं होड़ी, मुंडे ते टिकट ही रख लेने।
ਅੱਛਾ ਸਮੋਸੇ ਦੇ ਮੈਂ ਮੀਟਿੰਗ ਤੇ ਜਾਣਾ ਉਦੋਂ ਮੈਂ ਕਦੇ ਭੇਜਤੇ ਬਿਰਜੂ ਦੇ ਹੱਥ ਭੱਜੋ ਤੁਸੀਂ ਲੇਟ ਹੋ ਪਹੁੰਚ ਗਏ ਹੋਣੇ ਸਾਰੇ ਹਾਂ ਹਾਂ ਮੈਂ ਆਇਆ ਭੱਜੋ 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 ਹਾਂ ਮੈਂ ਸਮਝ ਗਿਆ ਤੁਹਾਨੂੰ ਕੋਈ ਡਿਫਰੈਂਟ ਚਾਹੀਦਾ ਜਿਹੜਾ ਮਾਰਕੀਟ ਛਲੇ ਆਇਆ ਨਾ ਹੋਵੇ ਹੈ ਨਾ ਲੈ ਓਏ ਐ ਕਰ ਉਹ ਸਪੈਸ਼ਲ ਵਾਲਾ ਦਿਖਾ ਇਹਨਾਂ ਨੂੰ ਕੌਣ ਸਾ ਸਭ ਤੋਂ ਦਿਖਾ ਦਿਆ ਲਖਨਵੀ ਵਰਕ ਵਾਲਾ ਵਿਖਾ 35 ਕਮੀਜ਼ਾ ਜਿਹੜਾ ਹੈਗਾ ਉਹ ਵਿਖਾ ਉਹ ਕਿੱਦਾਂ ਦਾ ਸਾ ਇਹਨੇ ਇਹਨਾਂ ਚੋਂ ਦੇਖ ਲਓ ਤੁਹਾਨੂੰ ਜੇ ਕੁਝ ਪਸੰਦ ਆਉਂਦਾ ਆ ਵੀ ਸੋਹਣੇ ਆ ਇਹਨਾਂ ਚੋਂ ਨਹੀਂ ਲਿਆ ਬਈ ਲਿਆ ਸ਼ਾਬਾਸ਼ ਆ ਦੇਖੋ मैं वी दिया कहां जाना होवे ता ती दी दसी जांदा मैनू चल नहीं चल चलिए आपां नहीं लैणा कोई सूट ओ एक मिनट बैठो तेरे कोल सूट चलदा नहीं घटो घट नौकर ते चलदा रख ला नहीं नहीं ते एवें पकाई मारदा तुसीं बैठो ते सही चल नहीं चल मेरी गल सुनो ओ चाह मंगाईए जी आ कहां जे दे सिर च पारी जिहड़ा मैनू 30 दी आखदा तो 30 की तो लग रही थी ओ तू चुप रहया कर मुंह बंद रखया कर अपना चल गया के नहीं आ गया जाना मैनू 30 दी आखदा सी तोड़तियां सवेरे सवेरे खाली हाथ ਜਦੋਂ ਮੈਂ ਤੇਰੀ ਉਮਰ ਦਾ ਸੀ ਨਾ ਜੇ ਕੋਈ ਗਾਹ ਕੱਛਾ ਲੈਣ ਆਉਂਦਾ ਸੀ ਮੈਂ ਉਹਨੂੰ ਸਾਰੇ ਟੱਬਰ ਦੇ ਕੱਪੜੇ ਦੇ ਕੇ ਭੇਜਦਾ ਸੀ ਤੇ ਪਿਓ ਮੇਰਾ ਸਿਰਫ ਗੱਲੇ ਤੇ ਬਹਿੰਦਾ ਸੀ ਸਾਈਕਲ ਤੇ ਕਿਹੜਾ ਗੱਲਾ ਹੁੰਦਾ ਡੈਡੀ ਸਾਰੀ ਮੰਡੀ ਨੂੰ ਪਤਾ ਤੁਸੀਂ ਦੋਵੇਂ ਪਿਓ ਪੁੱਤ ਸਾਈਕਲ ਤੇ ਫੇਰੀ ਲਾਉਂਦੇ ਸੀ ਨਾਲੇ ਦਾਦਾ ਜੀ ਗੱਲੇ ਤੇ ਨਹੀਂ ਸਾਈਕਲ ਤੇ ਡੰਡੇ ਤੇ ਬਹਿੰਦੇ ਸੀ ਜਿਹਨੂੰ ਨਹੀਂ ਵੀ ਪਤਾ ਨਾ ਬਾਜ਼ਾਰ 'ਚ ਉਹਨੂੰ ਵੀ ਦੱਸ ਦੇ ਵੀ ਅਸੀਂ ਡੱਗੀ ਵਾਲੇ ਸੀ ਪੁੱਤਾਂ ਜਿਹੜੇ ਸਾਈਕਲ ਦੇ ਮਿਹਣੇ ਮਾਰਦਾ ਨਾ ਇਸੇ ਸਾਈਕਲ ਤੋਂ ਆ ਦੁਕਾਨ ਖੜੀ ਕੀਤੀ ਆ ਤੇ ਜਿੱਦਾਂ ਦੀਆਂ ਤੇਰੀਆਂ ਹਰਕਤਾਂ ਨੇ ਮੈਨੂੰ ਲੱਗਦਾ ਦੁਬਾਰਾ ਸਾਈਕਲ ਤੇ ਹੀ ਚੜਾਏਗਾ ਮੈਂ ਚੱਲਿਆ ਵਪਾਰ ਮੰਡਲ ਦੀ ਮੀਟਿੰਗ ਤੇ ਮਗਰੋਂ ਬੋੜੀ ਬੋੜੀ ਕਰ ਲਿਓ ਓਏ ਰੱਬਾ ਕਦੇ ਤੇ ਇਹੋ ਜਿਹੀ ਹਵਾ ਚੱਲੇ ਕੌਣ ਸਾਥੋਂ ਮੱਚਦਾ ਸਾਨੂੰ ਵੀ ਪਤਾ ਚੱਲੇ ਵਾਹ ਮਜ਼ਾ ਆ ਗਿਆ ਨੀਟਾ ਭਾਜੀ ਲੇਕਿਨ ਸਮਝ ਆਤਾ ਨਾ ਤਾਂ ਜ਼ਿਆਦਾ ਮਜ਼ਾ ਤੁਹਾਨੂੰ ਦੋਨਾਂ ਨੂੰ ਤਾਂ ਟੀਵੀ ਤੇ ਹੋਣਾ ਚਾਹੀਦਾ ਕਿਉਂ ਘੱਟੋ ਘੱਟ ਬੰਦਾ ਬੰਦ ਤਾਂ ਕਰ ਲੈਂਦਾ ਆਫ ਇਹ ਬੇਇੱਜ਼ਤੀ ਹੈ ਕਿਆ ਕੰਮ ਕਰ ਕੰਮ ਆਪਦਾ ਬਾਹਰ ਕਿਉਂ ਆਇਆ ਤੂੰ ਚੱਲ ਅੰਦਰ ਹਾਂ ਸੂਟ ਵੇਚ ਤੂੰ ਆ ਫੋਨ ਦੇਖੇ ਕਾਕਾ ਆਹੋ ਫੋਨ ਬਿਨਾਂ ਨਹੀਂ ਸਰਦਾ ਇਹਦਾ ਵੱਡੇ ਮਿਰਜੇ ਦਾ 24 ਘੰਟੇ ਤਾਂ ਫੋਨ ਤੇ ਲੱਗੇ ਰਹਿੰਦੇ ਹੋ ਚੰਗਾ ਹਾਂ ਬਾਬੇ ਉਹ ਕਾਕਾ ਆ ਦੇਖੀਏ ਤੇ ਫੋਨ ਨਹੀਂ ਆ ਰਿਹਾ ਬਾਬੇ ਆਪਦੀ ਉਮਰ ਨਾਲੋਂ 10 ਸਾਲ ਵੱਡਾ ਤਾਂ ਫੋਨ ਚੱਕੀ ਫਿਰਦਾ ਇਹਦੇ 'ਚ ਆਵਾਜ਼ ਛੱਡ 'ਚ ਤਾਂ ਫੋਨ ਨਹੀਂ ਆਉਣਾ ਚਾਹੀਦਾ ਉਹ ਦੇਖ ਲੈ ਜੇ ਹੁੰਦਾ ਕੁਛ ਐਂ ਕਰ ਇਹਨੂੰ PGI ਲੈ ਜਾ ਸ਼ਾਇਦ ਬਚ ਹੀ ਜਾਏ ਐਵੇਂ ਪਕਾਈ ਮਾਰਦਾ ਕਿਸੇ ਹੋਰ ਪਾਸੇ ਦਿਖਾ ਲੈਣਾ ਦਿੱਲੀ ਦਿਖਾ ਦੀ ਏਮਸ 'ਚ ਗੋਲੂ ਕੀ ਕਰਦਾ ਪੈਸੇ ਜੋੜਦਾ ਮੰਮੀ ਹਾਏ ਮਾਂ ਡਰ ਜੇ ਮੇਰਾ ਪੁੱਤ ਕਦੋਂ ਦਾ ਪੈਸੇ ਜੋੜਨ ਲੱਗ ਪਿਆ ਸਵੇਰ ਦਾ ਜੋੜਦਾ ਮੰਮੀ ਜੋੜੀ ਨਹੀਂ ਰਿਹਾ ਤੁਸੀਂ ਜੋੜ ਦਿਓ ਹਾਏ ਹਾਏ ਜੇ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਵੀ ਦਿੰਦੀ ਤੇਰਾ ਕੀ ਕਰਾਂ ਕੋਈ ਕਮਾਈ ਵੱਟੀ ਕੀਤੀ ਕਿ ਨਹੀਂ ਰੰਗ ਗੋਰਾ ਕਰਨ ਦੀ ਕਰੀਮ ਵੇਚੀ ਸੀ ਚਮਨ ਦੇ ਭਈਏ ਨੂੰ ਉਹ ਵੀ 10 ਵਾਲੀ ਤੂੰ 10 ਰੁਪਈਆਂ 'ਚ ਭਈਆ ਗੋਰਾ ਕਰਨ ਨੂੰ ਫਿਰਦਾ 150 ਵਾਲੀ ਨਹੀਂ ਸੀ ਵੇਚੀ ਜਾਂਦੀ ਉਹਨੇ ਤਾਂ ਕਿ 5 ਵਾਲੀ ਮੰਗੀ ਸੀ ਮੈਂ ਕਿਹਾ 10 ਤੋਂ ਘੱਟ ਤੂੰ ਗੋਰਾ ਨਹੀਂ ਹੋ ਸਕਦਾ ਹਾਂ ਜਿਹੋ ਜਿਹਾ ਚਮਨ ਉਹੋ ਜਿਹਾ ਚਮਨ ਦਾ ਭਈਆ ਉਹ ਨਰੈਣੇ ਕੀ ਕਮੇਟੀ ਦਾ ਕੀ ਬਣਿਆ ਉਹਨੇ ਦਿੱਤੀ ਹੀ ਨਹੀਂ ਤੇ ਭਗਵਾਨੋਂ ਕੀ ਉਹ ਘਰ ਹੀ ਨਹੀਂ ਸੀ ਜਲਾਲਾਬਾਦ ਵਾਲੀ ਮਮਤਾ ਕੀ ਕਹਿੰਦੀ ਹੈ ਉਹ ਇੰਨੀ ਦੂਰ ਨਹੀਂ ਜਾਇਆ ਜਾਂਦਾ ਪੈਦਲ ਮੇਰੇ ਤੋਂ ਕਿੰਨੀ ਵਾਰੀ ਕਿਹਾ ਸਕੂਟੀ ਲੈ ਦੋ ਕਮੇਟੀਆਂ ਇਕੱਠੀਆਂ ਕਰ ਲਈ ਤੈਨੂੰ ਜਹਾਜ਼ ਨਾ ਲੈ ਦਵਾਂ ਮੀਟਿੰਗ ਤੇ ਚੱਲੀ ਆ ਮੈਂ ਕੋਈ ਕਮਾਈ ਕਮਾਈ ਕਰ ਲਵੀ ਐਵੇਂ ਨਾ ਮੂੰਹ ਚੁੰਗਲ ਪਾ ਕੇ ਬੈਠਾ ਰਹੀ ਅੰਗੂਠਾ ਚੂਸ ਅਨੇ ਜੇ ਤੇ ਭਈਏ ਨੂੰ ਕੁਝ ਵੇਚਦਾ ਹਾਂਜੀ ਸੁਖਪਾਲ ਜੀ ਉਹ ਮਹਾਰਾਜ ਮੈਂ ਕਿੱਥੇ ਦੇ ਸਕਦਾ ਤੁਹਾਡੇ ਬਿਆਨੇ ਦੇ ਪੈਸੇ ਤੁਹਾਨੂੰ ਮੇਰੇ ਹਾਲਾਤ ਦਾ ਤਾਂ ਪਤਾ ਹੀ ਹੈ ਤੇ ਤੁਸੀਂ ਪੇਪਰ ਭਿਜਵਾਓ ਮੈਨੂੰ ਹਾਂ ਹਾਂ ਓਕੇ ਜੀ ਓਕੇ ਪਾਪਾ ਬਸ ਬਸ ਪੁੱਤਰ ਮਹਾਰਾਜ ਕੇ ਆਇਆ ਜੀ ਆਇਆ ਪੁੱਤਰ ਮੈਂ ਚੱਲਿਆ ਧਰਮਸ਼ਾਲਾ ਦੁਸਹਿਰੇ ਦੀ ਮੀਟਿੰਗ ਅਟੈਂਡ ਕਰਾਂ ਦੇਖਾਂ ਕਿਤੇ ਅਨੇਜਾ ਤੇ ਚਮਨ ਉੱਥੇ ਜੂਤ ਪਤੰਗ ਨਾ ਹੋ ਰਹੇ ਹੋਣ ਹਾਂ ਤੂੰ ਨਾਸ਼ਤਾ ਕਰ ਲਈ ਮੇਰੇ ਵਿੱਚ ਆਇਆ ਬਈ RBI ਪਹਿਲਾਂ ਚਾਬੀ ਲੈ ਲਈ ਹਾਂ ਆ ਜਾਓ ਜੀ ਭੈਣ ਜੀ ਪਤਾ ਨਹੀਂ ਪਿੰਡੋਂ ਆ ਗਏ ਹੋਣੇ ਕਿ ਨਹੀਂ ਮਾਰੋ ਆਵਾਜ਼ ਭੈਣ ਜੀ ਭੈਣ ਜੀ
हाँ जी आ दो चाबियां कठियां ला बस मीटिंग करके वापस कर दें हाँ हाँ मैं पहुंच गया धर्मशाला बस फ्री होके फोन करता तन लो जी सारे मेंबर आ गए ने हुण तुसी अपना दशहरे दा बजट पेश करो नमस्कार खन्ना साहब नमस्कार चलो करो कार्रवाई शुरू मैं दुकान भी देखनी है गाहां दुकान ते बड़ा गाहकां ने सिर भेट दिया पाटिया साहब नमस्कार 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 चड्डा साहब नमस्कार गलेरिया जी नमस्कार वाह उषा बहन जी भी आया उषा बहन जी नमस्कार नमस्कार मीटिंग नमस्कार करने वास्ते नहीं रखी नमस्कार व्हाट्सएप ते करी तू पहले मेन मुद्दे ते आ मेन मुद्दे ते मैं बाद च आ जाना पहले तेरे कोल ही ना आज मैं प्रधान जी किड़े चकरां च पै गए ओ तुसी बजट दी गल करो सारे कामकाजी बंदे ने दुकानां संभालनियां जाके हां टंडे ते भराओ जिवें कि तुहानू पता ही है कि आप सब ने मैनू व्यापार मंडल दा सर्वसम्मति नाल प्रधान चुनिया हुण हो गई गलती अगे गल कर ओ छड्डो चमन जी तुसी बोलो बोलो जिवें कि मैं पहले ही दस रिहा सी तुहानू कि इस बार बसी पठाना च असी ऐसा दुशहरा मनावांगे कि उहदे सामने कुल्लू दा दुशहरा भी फिक्का रह जूगा वैसे मैं सारा हिसाब किताब ला लिया पर फिर भी घट्टो घट्ट 5 लाख दा खर्चा दुशहरे ते जरूर आएगा 5 लाख दुशहरा मार्केट च कराना के गोवा बीच ते की गल्लां करदे हो भैण जी पूरे 2 लाख तां मैं रावण ते ला देणे आ 2 लाख दा रावण फूकना है कि ICU च रख के बचाना है ओ 2 लाख दा रावण मैं 2 लाख दे विच दशहरा करता सीगा पूरा जदों मैं प्रधान सी ते उदों फिर दशहरा देखिया भी तां तेरे कले टब्बर नहीं सी पूरा बसी पठाना तां मरिंडे गया सी देखण ओए यार केड़ी बहस पै गए तुसी ओए जे प्रधान जी इन्ने कॉन्फिडेंस नाल कह रहे ने कि 5 लाख ला के अपना दशहरा टॉप दा बन जू तां हर्जी की है बंदे नूं इक चांस तां दिओ खन्ना साहब जे इन्ने पैसे खर्च के भी दशहरा कामयाब ना होया फिर समझ लो प्रधान दी प्रधानगी खतम आ कीती है सियाणी गल भैन जी ने मैनू लगदा सारे ने सुनिया भी एक बारी उच्ची देनी कहो फिर प्रधान दी प्रधानगी गई ओ होर फिर केड़ा बंदा है जेड़ा प्रधान बन सकदा मेरे बारे तुहाडा की विचार है व्यापारी भरावो असी ना प्रधान ओ बनाना है जेड़ा 5-10 साल कढे तेरा ते कल दा भरोसा नहीं असी मीटिंगा करया करांगे के शांति पाठ रखिया करांगे चलो ए बाद च देख लांगे भी प्रधान किने बनना पहला इन्हां दा दशहरा तां देख लिए दिखा देंगे सीता जी को देख कर विचलित वगर श्री राम पुकार रहे हैं सुमित्र शीघ्र जाओ नहीं तो कुछ अमंगल हो जाएगा अगला डायलॉग तो नीटे दा आया पर वो है कित्थे ओए नीटे आ जा हुण जा पुत्त तेने बुला रहे ने ए नीटा कदे टाइम ते नहीं आंदा चल मिश्री तद तक सेल्फी ले लई स्माइल प्लीज साडे यार रामन दा डायलॉग ते बाबा खिचला मुंह दुखण लग गया मेरा नहीं चलो भी चलो आ जाओ बड़ी छेती आ गया तू असि कदे आए होए आ फिर ए कड़ा प्रधान दे मुंडे ओए हेलो प्रधान दी कुड़ी मैं भी रही हां ਕਦੀ ਦੇਖਿਆ ਮੈਨੂੰ ਕਿਸੇ ਵੀ ਫੰਕਸ਼ਨ ਤੇ ਲੇਟ ਆਉਂਦੇ ਹੋਏ ਤੇਰਾ ਕੀ ਆ ਤੂੰ ਤਾਂ ਵਿਹਲੀ ਆ ਉਹ ਕੱਲ ਦੁਕਾਨ ਖੋਲੂ ਕਿਤੇ ਤੂੰ ਕੱਲ ਹੀ ਭੇਜ ਇਹ ਬਲੂਟੁੱਥ ਜਪਾ ਕੇ ਨਾ ਅਗਰ ਇੱਥੇ ਡਿਸਟਰਬ ਹੁੰਨੇ ਆ ਸੀ ਉਹ ਯਾਰ ਰੈਸਲ ਕਰ ਲੋ ਮੈਂ ਦੁੱਧ ਪਾਉਣ ਵੀ ਜਾਣਾ ਚੱਲ ਮਿਸ਼ਰੀ ਡਾਇਲੌਗ ਬੋਲ ਉਹਦੀ ਮਾਂ ਜ ਵੇਟ ਕਰ ਰਹੀ ਹੈ ਸ਼੍ਰੀ ਰਾਮ ਪੁਕਾਰ ਰਹੇ ਹੈ ਕੀ ਗਵਾਚ ਗਿਆ ਤੇਰਾ ਚੂਹੀਆ ਪਕੜਾ ਹੈ ਸੇਠ ਜੀ क्यों दूध चोना होता अरे नहीं सेठ जी चुहिया पकड़ के ना चमन की दुकान में डाल है ताकि चुहिया से भी बदलो पूरा हो जाए और चमन से भी हट वाह बिरजू वाह तेरे दिल से चमन ले यानी खुंदक देख के मेरा दिल बागो बाग हो गया मांग की मांगता है नहीं जी रहन दो ओ मांगला आज मैं ते तो बहुत खुश है नहीं जी रहन दो हुन मंगेगा भी कि चपेड़ा ही खाएगा मैं तो जब आप इतना कह रहे हो तो मार्केट की प्रधानगी दे दो दे देंगे हैं प्रधानगी हूं ही लेनी है कि कंजरा आप प्रधानगी करके तो मैं टेंशन हुई पई है डैडी प्रधानगी दी टेंशन प्रधान नु होवे तुसी कानू ले गया नाले तुसी एक्स प्रधान हो एक्स मैं मौजूदा प्रधान बन सकदा है जे दशहरा किसी तरह फेल हो जाए तो दशहरा फेल होने नाल तुहाडी प्रधानगी दा की कनेक्शन तीए मैं दशहरे च मसा 50-60 हज़ार दी कुंडी लांदा हुंदा सी ते चमन दशहरे चों 2 लाख दा टांका लाण नूं फिरदा है
ਕਮੇਟੀ ਨੇ ਪਰਮਿਸ਼ਨ ਤਾਂ ਦੇ ਦਿੱਤੀ ਹੈ ਪਰ ਨਾਲੇ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਦੁਸ਼ਹਿਰਾ ਫੇਲ ਹੋ ਗਿਆ ਤਾਂ ਤੇਰੀ ਪ੍ਰਧਾਨਗੀ ਗਈ। ਗਈ ਪ੍ਰਧਾਨਗੀ। भैया दीदी ने समोसा भेजे हैं गरम गरम। मिश्री लंच टाइम हो गया। ओ हेलो ओए ओ मेरी शेयर तो कर जा। ओके ओके लीजिए हमारी मिश्री दीदी ने आपके लिए भेजा है। आ जा गड़ू। मिश्री तू ਮੇਕਅਪ ਦਾ ਸਮਾਨ ਦਿਖਾਈ ਕੋਈ? ਹਾਂ ਲੈ ਤੈਨੂੰ ਮੇਕਅਪ ਦੀ ਕੀ ਲੋੜ ਹੈ, ਤੂੰ ਤਾਂ ਪਹਿਲਾਂ ਇੰਨੀ ਸੋਹਣੀ ਹੈ। ਸਾਰੇ ਮੁੱਲੇ ਦੀ ਕੁੜੀ ਕਹਿੰਦੀ ਤੂੰ ਭੋਰਾ ਸੋਹਣੀ ਨਹੀਂ ਲੱਗਦੀ। ਲੈ ਤੂੰ ਤਾਂ ਇਸ ਗੱਲ 'ਤੇ ਮਾਨਹਾਣੀ ਤਾਂ ਕੇਸ ਕਰ ਸਕਦੀ ਹੈ, ਜਿਹੜੇ ਕਹਿੰਦੇ ਨੇ ਤੂੰ ਸੋਹਣੀ ਨਹੀਂ, ਮੇਰੀ ਨਜ਼ਰ ਨਾਲ ਦੇਖ ਤੂੰ ਬਹੁਤ ਸੋਹਣੀ। ਥੈਂਕ ਯੂ ਗੋਲੂ, ਥੈਂਕ ਯੂ ਸੋ ਮਚ। ਪਰ ਮਿਸ਼ਰੀ ਮੈਂ ਸੁਣਿਆ ਤੂੰ ਆਈਲੈਟ ਕਰਕੇ ਬਾਹਰ ਜਾਣਾ। ਤੈਨੂੰ ਕਿੰਨੇ ਕਹਿਤਾ? ਤੇਰੀਆਂ ਗੱਲਾਂ ਸੁਣ ਕੇ ਤਾਂ ਮੇਰੇ ਦੁਕਾਨ ਤੋਂ ਬਾਹਰ ਜਾਣ ਨੂੰ ਜੀ ਨਹੀਂ ਕਰਦਾ। ਬਾਹਰ ਮੈਂ ਸੁਆ ਜਾਣਾ ਸੱਚੀ? ਚੱਲ ਮੈਂ ਚੱਲਦੀ ਹਾਂ। ਕਿੱਥੇ ਚੱਲੀ ਮਿਸ਼ਰੀ, ਕੀ ਗੱਲ ਮੇਕਅਪ ਦਾ ਸਮਾਨ ਨਹੀਂ ਲੈਣਾ? ਮੇਕਅਪ ਦੀ ਹੁਣ ਕੀ ਲੋੜ ਆ ਗੋਲੂ, ਤੂੰ ਕਹਿ ਤਾਂ ਦਿੱਤਾ ਮੈਂ ਸੋਹਣੀ ਆ ਤੇ ਤੇਰੀ ਗੱਲ ਦਾ ਤਾਂ ਮੈਨੂੰ ਪੂਰਾ ਯਕੀਨ ਆ। ਸੱਚੀ? ਚੱਲ ਚੰਗਾ। ਰੁਕ ਜਾ ਮਿਸ਼ਰੀ, ਆ ਲਿਪਸਟਿਕ ਮੇਰੇ ਵੱਲੋਂ ਤੇਰੇ ਲਈ, ਇਹ ਹਲੇ ਤੱਕ ਮਾਰਕੀਟ 'ਚ ਕਿਸੇ ਨੇ ਲਾਈ ਨਹੀਂ। ਕਿਉਂ? ਕੋਈ ਲੈਂਦਾ ਹੀ ਨਹੀਂ। ਓ ਚੱਲ ਮੈਂ ਲੈ ਲੈਂਦੀ ਹਾਂ, ਇੱਥੇ ਨੈਟਵਰਕ ਨਹੀਂ ਹੈਗਾ ਬਈ। ਹਟ ਲੱਡੂ ਜਿਹਾ, ਮੈਂ 4 ਵਜੇ ਤੈਨੂੰ ਬੱਬੂ ਦੀ ਦੁਕਾਨ 'ਤੇ ਮਿਲਦਾ। ਨਮਸਤੇ ਆਂਟੀ। ਨਮਸਤੇ ਨੀਟਾ, ਕੀ ਹਾਲ ਆ? ਮੈਂ ਠੀਕ ਹਾਂ, ਤੁਸੀਂ ਸੁਣਾਓ? ਤੈਨੂੰ ਆਪਣੇ ਪੇਕਿਆਂ ਤੋਂ ਰਿਸ਼ਤਾ ਕਰਾਉਣਾ ਮੈਂ। ਹੈਂ, ਹੈਗਾ ਕੋਈ ਚੰਗਾ ਘਰ? ਹਾਂ, ਸੁਨਾਰਿਆਂ ਦਾ ਮੁੰਡਾ ਹੈ, ਇਕੱਲਾ ਇਕੱਲਾ, ਦੋ ਦੁਕਾਨਾਂ ਆਉਂਦੀਆਂ, ਗਹਿਣਾ ਗੱਟਾ ਵੀ ਵਾਹਵਾ ਪਾਣਗੇ। ਮੁੰਡਾ ਜਿਹੋ ਜਿਹੇ ਤੇਰੇ ਲੱਛਣ ਨੇ ਨਾ, ਤੈਨੂੰ ਮੁੰਡਾ ਹੀ ਸੂਟ ਕਰਦਾ। ਮੇਰੇ ਲੱਛਣ ਛੱਡ ਆਂਟੀ, ਆਪਦਾ ਮੁੰਡਾ ਸਾਹਿਬ। ਓ ਦੇਖ ਥੋੜੀ ਦੁਕਾਨ ਲਟਾਉਣ ਤੇ ਲੱਗਾ। ਮੈਂ ਕਰਦਾ ਸਾਰੇ ਨਾਲ ਗੱਲ। ਗੋਲੂ ਹੋਈ ਕੋਈ ਬੋਣੀ ਛੋਣੀ? ਬੋਣੀ? ਹਾਂ ਹਾਂਜੀ ਹੋ ਗਈ, ਬੋਣੀ ਕਰਨ ਲਈ ਤੇ ਬੈਠਿਆ ਸਵੇਰ ਤੋਂ ਝਾਈ ਜੀ। ਜੇ ਬੋਣੀ ਹੋਈ ਹੈ ਤਾਂ ਬੋਣੀ ਵਾਲੇ ਪੈਸੇ ਕਿੱਥੇ ਆ? ਬੋਲਦਾ ਨਹੀਂ ਹੈ। ਜਿਹੜੀ ਉਹਨੂੰ ਮਾਂ ਨੂੰ ਸੁਰਖੀ ਚੁਕਾਈ ਹੈ ਉਹਦੇ ਪੈਸੇ ਕਿੱਥੇ ਨੇ? ਪੈਸੇ ਮੇਰੇ ਖਾਤੇ 'ਚ ਪਾ ਦਿਓ। ਖਾਤਾ ਤੇਰਾ ਸਵਿਸ ਬੈਂਕ 'ਚ ਚੱਲਦਾ ਨਾ, ਪਹਿਲਾਂ ਤੇਰੇ ਪਿਓ ਦੇ ਇੰਨਾ ਕਾਰਿਆ ਕਰਕੇ ਸਾਰੀ ਦੁਕਾਨ ਉੱਜੜ ਗਈ, ਉਹੀ ਕੁਛ ਹੁਣ ਤੂੰ ਸ਼ੁਰੂ ਕਰਤਾ। ਬੋਣੀ ਦਾ ਤਾਂ ਪਤਾ ਨਹੀਂ ਪਰ ਤੇਰੀ ਤੌਣੀ ਜ਼ਰੂਰ ਹੋਏਗੀ ਅੱਜ, ਕਿੱਦਾਂ ਨੇ ਜਦੀ ਬੋਣੀ ਭਰਨ ਤੇ ਲੱਗਾ ਹੋਇਆ ਜਪਾਨੀ ਜੋਕਰ ਜਿਹਾ। ਡਰਾਤਾ ਸੀ ਮੈਨੂੰ, ਚੱਲ ਹੁਣ ਡਰਾਤਾ। ਗੱਲ ਸੁਣ, ਮੇਰੀ ਪਿੰਡ ਉੱਤੇ ਕਰੀ ਵਾਹ ਵੀ ਵਾਹ, ਆ ਹੁੰਦਾ ਰਾਵਣ। ਸਹੀ ਗੱਲ ਹੈ ਬਈ, ਇਸ ਚ ਕੋਈ ਸ਼ੱਕ ਨੀ, ਚਮਨ ਦਾ ਰਾਵਣ ਰਾਵਣ ਲੱਗਦਾ। ਪ੍ਰਧਾਨ ਬਣ ਗਏ ਤਾਂ ਹਵੇ ਕਦੋਗੇ? ਤੁਝੇ ਦੂੰਗਾ ਮੈਂ ਗਾੜੀ ਕੇ ਨੀਚੇ। ਪਿੰਡ ਬਸਿਆ ਨਹੀਂ ਬੰਦਰ ਜੈਸੇ ਲੱਗ ਰਹੇ ਨਾ। ਚੱਕੂ ਪਠਾਣਾ ਦੇ ਲੋਕਲ ਕੇਬਲ ਚੈਨਲ ਤਤੀ ਠੰਡੀ ਨਿਊਜ਼ ਵੱਲੋਂ ਮੈਂ ਤੁਹਾਡਾ ਆਪਣਾ ਸੱਤਾ ਰਿਪੋਰਟਰ ਰੇਸ਼ਮ ਸਿੰਘ ਤੱਤਾ, ਠੰਡੇ ਕੈਮਰਾਮੈਨ ਰਾਜ ਟਿਵਾਣਾ ਦੇ ਨਾਲ। ਆ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਦੁਸ਼ਹਿਰ ਦਾ ਮਾਹੌਲ, ਤੁਹਾਨੂੰ ਮਿਲਾਂ ਉਸ ਖਾਸ ਸ਼ਖਸ ਦੇ ਨਾਲ ਜਿਹਨੇ ਇਹ ਸਾਰਾ ਕਾਰੋਬਾਰ ਸਾਂਭਿਆ ਹੋਇਆ। ਆਓ ਜੀ। ਹਾਂਜੀ ਪ੍ਰਧਾਨ ਜੀ। ਇਲਾਕਾ ਨਿਵਾਸੀ ਸੱਜਣੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸ੍ਰੀ ਰਾਮ। ਪਹਿਲਾਂ ਤੂੰ ਜਕਾਰੇ ਲਾ ਲਾ, ਮੈਂ ਬਾਅਦ ਚ ਬੋਲ। ਪਿੱਛੇ ਖੜ ਜਾ,
हाँ जी प्रधान जी, ये दशहरा हर साल मनाया जाता है, इस बार तुसी प्रधान हो, तुसी स्पेशल की कीता? वो लोग अंदर कीता, होर की कीता है। हाथ कंगन को आरसी किया, पैंट फुटता रावण अपने मुंह अपनी तरीफ आप बोल के दस रहा। पिछले साल भी रावण बनाया सी, रावण कहदा बनाया सी, बेचारे का मजाक ही उड़ाया सी। पर इस साल मैं 2 लाख के पटाके फिट किए, बस माड़ा जिहा रिमोट दबण दी देर, फिर देखो पटाकियां दी आवाज लाहौर तक किवें जांदी है। ठा ठा जय श्री राम। सचदेवा जी, इस दशहरे दे मौके ते तुसी जनता नूं की कहना चाहोगे? मैं यही कहना चाहूंगा कि बुराई उपर अच्छाई दी जित दा प्रतीक है इह दशहरे दा त्यौहार। पिछले साल बुराई सी ते इस साल अच्छाई जित के आ खड़ी है तुहाडे सामने। बस 10 मिंट ही होर खड़ी है। लो जी, इस साडे प्रधान दा दावा, मैनूं लगदा साडे चीफ गैस्ट भी आ चुके ने। विजय नरूला जी, लो जी आओ, स्वागत करते हैं साडे चीफ गैस्ट नरूला जी दा। मैं दमे दा मरीज हां, डॉक्टर ने मैनूं पोल्यूशन वाली जगह ते जाण नूं मना कीता होया, पर चमन लाल जी हां जी, मैं सिर्फ तुहाडे करके अज इत्थे आ। तुसीं दशहरे तां एमएलए साहब बथेरे देखे होणगे, पर एक गल मैं दावे नाल कह सकदा कि इह दशहरा तुहानूं हमेशा याद रहूगा। आओ जी प्लीज आओ। एमएलए साहब, एमएलए साहब जी, मैं मेघनाथ, 10 साल हो गए मेघनाथ बणदे नूं जी, मेरा बिल माफ करा दो जी, मेरा गरीब दा मीटर पट के लै गए जी। हां पहले तू मीटर पटा लिया, हुण प्रधान दी मीटिंग पट दे। ਮਸ਼ਹੂਰ ਦੁਸ਼ਹਿਰਾ ਤੁਸੀਂ ਦੇਖ ਰਹੇ ਹੋ ਤੁਸੀਂ ਠੰਡੀ ਨਿਊਜ਼ ਦੇ ਨਾਲ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਜਾਏਗਾ ਲਕਸ਼ਮਣ ਮੇਘਨਾਥ ਸੰਵਾਦ, ਤੇ ਉਸ ਤੋਂ ਬਾਅਦ ਰਿਮੋਟ ਦੱਬ ਕੇ ਇਹ 65 ਫੁੱਟ ਦਾ ਰਾਵਣ ਅੱਗ ਦੇ ਹਵਾਲੇ ਕੀਤਾ ਜਾਏਗਾ। ਨਰੂਲਾ ਸਾਹਿਬ, ਇਹ ਰਾਮਲੀਲਾ ਦੇ ਸਾਰੇ ਪਾਤਰ ਸਾਡੇ ਬੱਸੀ ਪਠਾਣਾ ਦੇ ਹੀ ਆ। ਉਹ ਹੋਰ ਸ੍ਰੀਲੰਕਾ ਤੋਂ ਬੁਲਾਉਣੇ ਸੀ, ਇੱਥੋਂ ਹੀ ਹੋਣੇ ਸੀ। ਜੈ ਸ਼ੰਕਰ ਜੀ, ਜੈ ਮਹਾਵੀਰ, ਜੈ ਸ਼੍ਰੀ ਰਾਮ। ਮਰਨੇ ਕੇ ਲਈ ਤਿਆਰ ਹੋ ਜਾ ਔਰ ਮਰਨੇ ਕੇ ਲਈ ਤਿਆਰ ਹੋ ਜਾ। ਆ ਜਾ, ਜੈ ਸ਼੍ਰੀ ਰਾਮ। ਓ ਯਾਰ, ਪਹਿਲਾਂ ਮੈਨੂੰ ਮਾਰ ਦਿਓ, ਮੈਂ ਦੁੱਧ ਪਾਉਣ ਵੀ ਜਾਣਾ। ਜੈ ਸ਼ੰਕਰ ਕੀ। ਆ ਕੀ ਹੋ ਰਿਹਾ ਪ੍ਰਧਾਨ ਜੀ, ਕਿਉਂ ਮੰਡੀ ਦਾ ਜਲੂਸ ਕਢਾ ਰਹੇ ਹੋ? ਅਸਲ ਵਿੱਚ ਨਾ ਜੀ, ਜਿਹੜਾ ਰਾਵਣ ਆ ਨਾ, ਇਹ ਦੂਜੀ ਆ, ਇਹਨੂੰ ਦੁੱਧ ਪਾਉਣ ਦੀ ਕਾਹਲੀ ਆ, ਤਾਂ ਥੋੜਾ ਪਹਿਲਾਂ ਮਰ ਗਿਆ। ਆ ਪਹਿਲੀ ਵਾਰੀ ਦੇਖਿਆ ਕਿ ਰਾਵਣ ਤਾਂ ਮਰ ਗਿਆ, ਕੁੰਭਕਰਨ ਤੇ ਮੇਘਨਾਥ ਸੈਲਫੀਆਂ ਖਿਚਾਈ ਜਾਂਦੇ ਆ। ਲੱਗਦਾ ਪ੍ਰਧਾਨ ਨੇ ਦੁਸ਼ਹਿਰਾ ਪਾਰਟ 2 ਬਣਾਉਣਾ ਹੋਣਾ ਹੈ, ਜਿਹਦੇ 'ਚ ਮੇਘਨਾਥ ਆਪਣੇ ਪਿਓ ਦੀ ਮੌਤ ਦਾ ਬਦਲਾ ਲਊਗਾ। ਓਏ ਮੇਘਨਾਥ, ਕਿਉਂ ਮੇਰਾ ਜਲੂਸ ਕੱਢਣ ਲੱਗਿਆ ਸੈਲਫੀਆਂ ਲੈ ਕੇ, ਜੇ ਤੂੰ ਮਰਨੀ ਹੁੰਦਾ ਸਲਫਾਸ ਖਾ ਕੇ ਮਰ ਜਾ, ਜੇ ਤੀਰ ਵੱਜੂਗਾ ਤਾਂ ਹੀ ਮਰੂੰਗਾ। ਤੁਸੀਂ ਉਹਨਾਂ ਨੂੰ ਛੱਡੋ ਜੀ, ਆ ਰਿਮੋਟ ਫੜੋ, ਇਹਦਾ ਬਟਨ ਦੱਬੋ, ਤੇ ਜਿਹੜੇ ਮੈਂ 2 ਲੱਖ ਦੇ ਪਟਾਕੇ ਰਾਵਣ ਦੇ ਵਿੱਚ ਫਿੱਟ ਕੀਤੇ ਨੇ, ਉਹਨਾਂ ਦੇ ਧਮਾਕਿਆਂ ਦੀ ਆਵਾਜ਼ ਲਾਹੌਰ ਤੱਕ ਜਾਊਗੀ। ਦੱਬੋ ਬਟਨ। ਹਾਂਜੀ ਹਾਂ। ਲਓ ਜੀ, ਰਾਵਣ ਦੇ ਪਟਾਕਿਆਂ ਦੀ ਆਵਾਜ਼ ਲਾਹੌਰ ਤੱਕ ਜਾਏਗੀ, ਇਦਾਂ ਵਾ ਪ੍ਰਧਾਨ ਦਾ, ਦੂਰ ਦੂਰ ਹੋ ਜਾਓ, ਚੀਫ ਗੈਸਟ ਸਾਹਿਬ ਰਿਮੋਟ ਦਾ ਬਟਨ ਦੱਬਣ ਲੱਗੇ ਨੇ। ਹਾਂਜੀ, 1 ਮਿੰਟ ਹੁਣ ਚਲਾਓ। 2 ਲੱਖ ਦਾ ਰਾਵਣ ਬਣਾਇਆ, 20 ਰੁਪਏ ਦੇ ਸੈੱਲ ਵੀ ਪਵਾ ਲੈਣੇ ਸੀ। ਲਓ ਜੀ, ਸਾਡੀ ਸਾਰੀ ਲਾਈਵ ਆਡੀਅੰਸ ਦੇਖ ਰਹੀ ਹੈ, ਰਾਵਣ ਨੂੰ ਅੱਗ ਲੱਗ ਚੁੱਕੀ ਹੈ, ਚੜ ਗਏ ਨਾ ਭਾਵੜ ਸਮਾਨੀ। ਲੋ ਜੀ, ਰਾਵਣ ਨੂੰ ਅੱਗ ਲੱਗ ਚੁੱਕੀ ਹੈ, ਤੇ ਤੱਤੀ ਠੰਡੀ ਨਿਊਜ਼ ਦੇ ਕੈਮਰੇ ਵਿੱਚ ਦੱਬੇ ਹੋਣੇ ਸ਼ੁਰੂ ਹੋ ਗਏ ਆ। ਪਟਾਕਾ ਤਾਂ ਇੱਕ ਵੀ ਨਹੀਂ ਵੱਜਿਆ, ਪਟਾਕਾ ਕੋਈ ਨਹੀਂ ਵੱਜ ਰਿਹਾ। ਮੈਂ ਆਪ ਕੋਲ ਖੜ ਕੇ ਪੁਆਇਆ, ਦਾ ਦਾਵਾ ਸੀ ਕਿ ਪਟਾਕਿਆਂ ਦੀ ਆਵਾਜ਼ ਆਏਗੀ, ਪਟਾਕਿਆਂ ਦੀ ਆਵਾਜ਼ ਤਾਂ ਨਹੀਂ ਆਈ, ਲੇਕਿਨ ਲੋਕਾਂ ਦੀਆਂ ਚੀਕਾਂ ਹੋ ਗਿਆ। ਉਹ ਰਾਵਣ ਗਿੱਲਾ ਹੀ ਫੂਕਤਾ ਕੈਮਰੇ ਮੈਂ, ਕੈਮਰਾਮੈਨ ਕਿਤੇ ਮਿਕਸ ਨੇ। ਜਿੱਥੇ ਪਹਿਲੇ ਚੀਫ ਗੈਸਟ ਨੂੰ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ, ਤੇ ਬਾਅਦ ਚ ਉਹਨੂੰ ਐਂਬੂਲੈਂਸ ਤੇ ਪਾਇਆ ਜਾਂਦਾ। ਇੱਕ ਗੱਲ ਤੂੰ ਵੀ ਯਾਦ ਰੱਖੀ ਜਵਾਹਰ ਲਾਲ, ਜੇ ਮੈਂ ਬਚ ਗਿਆ ਨਾ, ਤੂੰ ਨਹੀਂ ਬਚਦਾ, ਤੂੰ ਨਹੀਂ ਬਚਦਾ। ਓਏ ਹੌਲੀ ਹੌਲੀ ਲੈ ਕੇ ਜਾਇਓ, ਕਿਤੇ ਬਚ ਹੀ ਨਾ ਜਾਵੇ। ਚਮਨ ਲਾਲ ਜੀ, ਅੱਜ ਜੋ ਕੁਝ ਵੀ ਹੋਇਆ ਉਹਦੇ ਬਾਰੇ ਕੋਈ ਸਪਸ਼ਟੀਕਰਨ ਦੇਣਾ ਚਾਹੋਗੇ? ਆ ਜਾਓ। ਇੰਨਾ ਤਾਂ ਬਣਦਾ ਹੈ, ਬਿਲਕੁਲ ਤੁਹਾਡਾ ਸਭ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਕਾਹਦਾ ਪ੍ਰਧਾਨ, ਪ੍ਰਧਾਨਗੀ ਬੜ ਗਈ ਚੁੱਲ੍ਹੇ 'ਚ।
ਇਹ ਪਹਿਲੀ ਵਾਰੀ ਦੁਸ਼ਹਿਰਾ ਦੇਖਿਆ ਜਿਹਦੇ ਚ ਰਾਵਣ ਮਰ ਗਿਆ ਹੈ। ਮੇਘਨਾਥ ਤੇ ਕੁੰਭਕਰਨ ਜਲੇਬੀਆਂ ਖਾਂਦੇ ਫਿਰ ਰਹੇ ਹੈ ਮੇਲੇ ਚ। ਬਿਲਕੁਲ ਸਹੀ ਕਿਹਾ ਨੇਜਾ ਭਰਾ ਜੀ ਨੇ, ਲਾਹੌਰ ਤੱਕ ਪਟਾਕਿਆਂ ਦੀਆਂ ਆਵਾਜ਼ਾਂ ਤੇ ਨਹੀਂ ਪਹੁੰਚੀਆਂ ਪਰ ਧੂਆਂ ਜ਼ਰੂਰ ਪਹੁੰਚ ਗਿਆ। ਲਾਹੌਰ ਵਾਲੇ ਵੀ ਪਤਾ ਨਹੀਂ ਕਿਹੋ ਕਿਹੋ ਜੀਆਂ ਗਾਲਾਂ ਦਿੰਦੇ ਹੋਣੇ ਨੇ। ਆ 200,000 ਦੇ ਸੈਲੈਂਡ ਪਟਾਕੇ ਚਾਈਨਾ ਤੋਂ ਮੰਗਵਾਏ ਸੀ, ਆਵਾਜ਼ ਹੀ ਨਹੀਂ ਆਈ। ਚੱਟਾ ਸਾਹਿਬ, ਮੈਨੂੰ ਲੱਗਦਾ ਮੇਰੇ ਨਾਲ ਅੱਜ ਕੋਈ ਸ਼ਡਿਆਂਤਰ ਹੋਇਆ। ਦੇਖੋ ਜੀ, ਦੁਸ਼ਹਿਰਾ ਤਾਂ ਪੂਰੀ ਤਰ੍ਹਾਂ ਫੇਲ ਹੋ ਗਿਆ। ਹੁਣ ਆਪਾਂ ਨੇ ਇਹ ਫੈਸਲਾ ਕਰਨਾ ਕਿ ਨਵਾਂ ਪ੍ਰਧਾਨ ਕੌਣ ਬਣੇਗਾ। ਕਿਹਨੂੰ ਬਣਾਓਗੇ ਪ੍ਰਧਾਨ? ਪੂਰੇ ਬਸੀ ਪਠਾਣਾ ਚ ਮੇਥੋਂ ਵੱਡਾ ਹੋਣਹਾਰ ਲੱਭੋਗੇ ਕਿੱਥੋਂ? ਇਸ ਗੱਲ ਦੇ ਉੱਤੇ ਤਾਂ ਚਮਨ ਲਾਲ ਜੀ ਤੁਹਾਨੂੰ ਸਲੂਟ ਬਣਦਾ ਹੈ। ਇੰਨੀ ਬੇਇੱਜ਼ਤੀ ਕਰਾਉਣ ਤੋਂ ਬਾਅਦ ਵੀ ਆਪਣੇ ਆਪ ਨੂੰ ਹੋਣਹਾਰ ਦੱਸ ਰਹੇ। ਹੁਣ ਕਰੋ ਫੈਸਲਾ, ਪ੍ਰਧਾਨ ਬਣੂ ਕੌਣ? ਜੇ ਸਾਡੀ ਨੌਜਵਾਨਾਂ ਦੀ ਮੰਨੋ ਤਾਂ ਇੱਕ ਹੀ ਸ਼ਖਸ ਮਾਰਕੀਟ ਸੰਭਾਲਣ ਦੇ ਲਾਇਕ ਹੈ। ਬੋਲ ਬੋਲ, ਦੱਸ ਪੁੱਤ ਕੌਣ? ਕਾਲਾ ਮੋਬਾਈਲ ਆਣਾ। ਉਹ ਯਾਰ, ਇੱਕੋ ਇੱਕ ਤਾਂ ਦੁਕਾਨ ਆ ਬਸੀ ਪਠਾਣੇ ਚ ਫੋਨਾਂ ਦੀ। ਕਾਲੇ, ਬੰਦ ਕਰ ਮੋਬਾਈਲ। ਤੂੰ ਦੱਸ ਪੁੱਤ ਕੌਣ ਹੈ? ਉਹ ਅਨੇਜਾ ਅੰਕਲ, ਤੇਰੇ ਕਹਿਤੇ ਤਾਂ ਘਰ ਚ ਚਾਹ ਨਹੀਂ ਬਣਦੀ, ਨੇਜਾ ਪ੍ਰਧਾਨ ਕਿੱਥੋਂ ਬਣ ਜੂ? ਹੋਰ ਕਿਸੇ ਦਾ ਸਹਿਮਤ ਹੋਣਾ ਵੀ ਜ਼ਰੂਰੀ ਹੁੰਦਾ। ਤੁਸੀਂ ਜੁਆਕ ਦੇ ਪਿੱਛੇ ਲੱਗ ਗਏ, ਏਦਾਂ ਕਿੱਦਾਂ ਨੇਜਾ ਪ੍ਰਧਾਨ? ਜੇ ਨੇਜਾ ਪ੍ਰਧਾਨ ਤਾਂ ਫਿਰ ਮੈਂ ਬਾਈਕਾਟ ਕਰਦੀ ਆ। ਤੇ ਤੂੰ ਤੂੰ ਜ਼ਰਾ ਘਰ ਪਹੁੰਚ, ਤੇਰੀ ਚਟਨੀ ਤਾਂ ਮੈਂ ਬਣਾਉਂਗੀ। ਨੇਜਾ ਅੰਕਲ ਪ੍ਰਧਾਨ, ਬੁਰਾਈ ਤੇ ਅਛਾਈ ਦੀ ਜਿੱਤ ਹੁੰਦੀ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ, ਪਰ ਬੁਰਾਈ ਤੇ ਹਲਵਾਈ ਦੀ ਵੀ ਜਿੱਤ ਹੁੰਦੀ ਹੈ ਇਹ ਤੁਹਾਨੂੰ ਹੁਣ ਪਤਾ ਲੱਗ ਗਿਆ ਹੋਣਾ। ਨਮਸਤੇ, ਹੋਰ ਜੀ ਮਹਾਰਾਜ। ਆਓ ਜੀ, ਜੈ ਮਾਤਾ ਦੀ, ਜੈ ਮਾਤਾ ਦੀ, ਜਿਉਂਦਾ ਰਹਿ ਪੁੱਤਰ। ਕਲਮੇਸ਼ਰੀ ਨੇ ਦੱਸਿਆ ਕਿ ਆਪਣੀ ਕਿਰਨਾਂ ਨੂੰ ਦੇਖਣ ਮੁੰਡੇ ਵਾਲੇ ਆ ਰਹੇ ਹੈ। ਮੈਂ ਰਾਤੋਂ ਰਾਤ ਖੋਆ ਮਾਰ ਕੇ ਬਰਫੀ ਤਿਆਰ ਕਰ ਲਈ। ਲਿਆ ਡੱਬੇ ਹੁਣ ਕਿਰਨਾਂ ਦੇ ਹੱਥੋਂ ਜਦੋਂ ਮੁੰਡੇ ਵਾਲਿਆਂ ਨੇ ਮੂੰਹ ਮਿੱਠਾ ਕੀਤਾ ਨਾ, ਤਾਂ ਸਮਝੋ ਇਹਦਾ ਰਿਸ਼ਤਾ ਪੱਕੇ। ਕੋਈ ਨਵੀਂ ਵੈਰਾਈਟੀ ਤਾਂ ਪਾ ਲਓ, 2 ਸਾਲ ਤੋਂ ਇੱਕੋ ਹੀ ਲਹਿੰਗਾ ਲੱਕ ਨਾਲ ਬੰਨ੍ਹ ਬੰਦ ਖਾਈ ਜਾਂਦੇ ਹੋ। ਭੈਣ ਜੀ, ਹੁਣ ਜਿੱਦਾਂ ਦੇ ਤੁਹਾਡੇ ਚੰਗੇ ਲੱਗਣੇ ਉਦਾਂ ਦੇ ਦਿਖਾਉਣੇ ਆ। ਦਫਾ ਹੋਵੋ, ਦੋਵੇਂ ਪਿਓ ਪੁੱਤ ਠੱਗ ਕਿਸੇ ਥਾਂ ਦੇ। ਡੈਡੀ ਆ ਲਾਦਮਾ, ਉਹ ਯਾਰ ਬੰਨੀ ਰੱਖ, ਤੈਨੂੰ ਇਹਦਾ ਬਿੱਲ ਆਉਂਦਾ। ਸ਼ੁਭਦਾ ਆ ਲੋਕ ਦਾ ਸਾਹਿਬ ਵੀ ਆ ਗਏ। ਕੱਲ ਊਸ਼ਾ ਭੈਣ ਜੀ ਦੱਸ ਰਹੇ ਸੀ ਕਿ ਕਿਰਨਾਂ ਨੂੰ ਦੇਖਣ ਵਾਲੇ ਆ ਰਹੇ ਨੇ। ਨੀਟੇ ਨੇ ਤੇਰੇ ਵਾਸਤੇ ਸੂਟ ਲੱਗ ਕੱਢ ਕੇ ਰੱਖਿਆ ਹੋਇਆ। ਸੱਚੀ ਕਿਰਨਾ, ਜੇ ਮੇਰੀ ਭੈਣ ਹੁੰਦੀ ਨਾ ਸਕੀ, ਮੈਂ ਉਹੀ ਸੂਟ ਦੇਣਾ ਸੀ ਉਹਨੂੰ, ਆਇਆ ਤੈਨੂੰ ਵਿਖਾਉਣਾ। ਆਜਾ ਸਭ ਅੰਦਰ ਆਓ, ਆਜਾ ਆਜਾ ਪਲੀਜ਼। ਯਸ਼ੋਮਤੀ ਮਈਆ ਸੇ ਬੋਲੇ ਨੰਦ ਲਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ। ਲਓ ਜੀ, ਮੈਨੂੰ ਤਾਂ ਕੁੜੀ ਬਹੁਤ ਪਿਆਰੀ ਲੱਗੀ, ਇਸੇ ਕਰਕੇ ਤੇ ਦੱਸ ਪਾਈ ਹੈ ਭੈਣ ਜੀ। ਕਿਰਨਾ ਤੇ ਇੰਨੀ ਪਿਆਰੀ ਹੈ, ਜਿਹੜੇ ਘਰ 'ਚ ਜਾਏਗੀ 4 ਚੰਨ ਲਗਾ ਦੇਗੀ। ਊਸ਼ਾ ਭੈਣ ਜੀ, ਸਾਡਾ ਵੀ ਇੱਕੋ ਇੱਕ ਮੁੰਡਾ ਹੈ ਤੇ ਸਾਨੂੰ ਘਰ ਸੰਭਾਲਣ ਵਾਸਤੇ ਇਹੋ ਜਿਹੀ ਕੁੜੀ ਚਾਹੀਦੀ ਹੈ। ਬਿਲਕੁਲ ਜੀ, ਇਹ ਘਰ ਵੀ ਇੰਨੀ ਸਾਂਭਿਆ ਹੋਇਆ ਹੈ। 7-8 ਸਾਲ ਦੀ ਸੀ ਜਦ ਇਹਦੀ ਮਾਂ ਦੁਨੀਆਂ ਤੋਂ ਚਲੀ ਗਈ, ਤਦ ਤੋਂ ਇਹੀ ਸਾਂਭ ਰਹੀ ਹੈ ਸਭ ਕੁਛ। ਭਰਾ ਜੀ, ਹੋਰ ਕੁਛ ਪੁੱਛਣਾ ਤਾਂ ਪੁੱਛ ਲਓ। ਦੇਖੋ ਜੀ, ਰਹਿਣਾ ਤਾਂ ਬੱਚਿਆਂ ਨੇ ਇਕੱਠੇ ਹੈ। ਦੀਪਕ ਬੇਟਾ, ਤੁਸੀਂ ਕੁਛ ਪੁੱਛਣਾ ਤਾਂ ਪੁੱਛ ਲਓ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ? ਐਮਏ। ਕਾਹਦੇ 'ਚ? ਇੰਗਲਿਸ਼। ਤੇ ਕਿਹੜੇ ਕਾਲਜ ਤੋਂ? ਦੇਵ ਸਮਾਜ ਕਾਲਜ। ਖੰਨਾ ਸਾਹਿਬ, ਇਹ ਬੇਟੀ। ਭਾਈ ਸਾਹਿਬ, ਬੋਲਣ 'ਚ ਥੋੜ੍ਹੀ ਤਕਲੀਫ ਹੈ, ਇਲਾਜ ਚੱਲ ਰਿਹਾ, ਡਾਕਟਰ ਨੇ ਕਿਹਾ ਛੇਤੀ ਠੀਕ ਹੋ ਜਾਏਗੀ। ਭਾਈ ਸਾਹਿਬ, ਮੈਂ ਕਹਿੰਦਾ ਪਹਿਲੇ ਇਲਾਜ ਹੀ ਕਰਵਾ ਲਓ। ਐਸੀ ਕਿਹੜੀ ਗੱਲ ਹੈ ਭਰਾ ਜੀ, ਤੁਸੀਂ ਕੁੜੀ ਵੱਲ ਦੇਖੋ, ਕਿੰਨੀ ਪੜ੍ਹੀ ਲਿਖੀ ਹੈ, ਦੋਵਾਂ ਦੀ ਜੋੜੀ ਕਿੰਨੀ ਸੋਹਣੀ ਲੱਗ ਰਹੀ ਹੈ, ਕਿੰਨਾ ਵਧੀਆ ਪਰਿਵਾਰ ਹੈ। ਇਹ ਤਾਂ ਮਾੜੀ ਮੋਟੀ ਸਮੱਸਿਆ ਹੈ, ਡਾਕਟਰ ਨੇ ਕਿਹਾ ਹੱਲ ਹੋ ਜਾਏਗੀ। ਊਸ਼ਾ ਭੈਣ ਜੀ, ਸਾਡੇ ਇੱਕੋ ਇੱਕ ਬੇਟਾ ਹੈ ਤੇ ਰਿਸ਼ਤੇਦਾਰ ਕੀ ਕਹਿਣਗੇ, ਕੀ ਪਤਾ ਨਹੀਂ ਲੈਣ ਦੇਣ ਦੇ ਚੱਕਰ ਦੇ ਵਿੱਚ ਅਸੀਂ ਇਹ ਰਿਸ਼ਤਾ ਕੀਤਾ। ਕੋਈ ਗੱਲ ਨਹੀਂ, ਤੁਸੀਂ ਪਹਿਲਾਂ ਬੇਟੀ ਦਾ ਇਲਾਜ ਕਰਵਾਓ ਤੇ ਬਾਕੀ ਸਮਝੌਤੇ ਤਾਂ ਉੱਪਰ ਵਾਲੇ ਦੇ ਲਿਖੇ ਹੁੰਦੇ ਆ। ਆ ਤੇਰੇ ਸਿਰ ਤੇ ਫੂਲ ਕਿੱਡਾ ਸੋਹਣਾ, ਨੀ ਕਿਤੇ ਇਹਦਾ ਤਾਂ ਨੀ ਗੁਮਾਨ ਜਿਹਾ ਕਰਦੀ, ਜਿਵੇਂ ਮੇਰੇ ਅੱਗੇ ਬੀਬਾ ਬੱਚਾ ਜਿਹਾ ਬਣੀ ਰਹਿਣੀ ਹੈ। ਜੇ ਬਾਕੀ ਸਾਰਿਆਂ ਨਾਲ ਵੀ ਰਵੇ ਤਾਂ ਕੀ ਜਾਂਦਾ ਤੇਰਾ? ਲੈ ਲੋ, ਮੈਂ ਜਿਹੜਾ ਲੰਬਰਦਾਰ ਦੇ ਘਰ ਚੱਲਿਆ,
ਆਜਾ ਵੀਰੇ ਆਜਾ ਚੱਲੀਏ ਫਟਾਫਟ। ਉਹ ਆਇਆ ਬਾਪੂ ਜੀ, ਚਲੋ ਆ ਖਲ ਪਿਉਂਦੀ। ਠੀਕ ਹੈ ਚਾਚਾ। ਲੈ ਹੈ ਦੱਸ, ਐਂ ਤਾਂ ਘੋਟਿਆ ਗਿਆ ਸਾਗ। ਚੱਲ ਪਾਸੇ ਹੋ ਗਿਆ, ਚੱਲ ਉੱਠ, ਚੱਲ ਮੈਂ ਦੱਸਾਂ। ਆ ਵੇਖੇ ਤਾਂ ਐਂ ਐਂ ਕਰਕੇ ਐਂ ਚੰਗੀ ਤਰ੍ਹਾਂ ਘੋਟਣਾ ਘੁਮਾ ਕੇ ਇੱਦਾਂ, ਠੀਕ ਆ। ਚੱਲ ਘੋਟ ਹੁਣ ਚੰਗੀ ਤਰ੍ਹਾਂ ਜਿਵੇਂ ਦੱਸਿਆ ਮੈਂ। ਚੱਲ ਹੱਥ ਨਾ ਸੜ ਲਈ। ਚੰਗਾ ਚਾਚੀ। ਵੇ ਭੋਲਿਆ, ਅਚਾਰਕ ਬੰਬਲ ਰਹਿ ਗਏ ਸੀ ਵੱਟਣ ਵਾਲੇ, ਜੇ ਹੱਥ ਵਟਾ ਦਿੰਦਾ ਤਾਂ ਮੈਂ ਹੀਰੇ ਦੇ ਪਾਪੇ ਦੇ ਨਾ ਝੱਗੇ ਦੇ ਬਟਨ ਲਾਉਣ ਵਾਲੇ ਲਾ ਦੇਵਾਂ। ਅੱਛਾ ਬੰਬਲ। ਚਾਚੀ ਉਹ ਤਾਂ ਮੇਰਾ ਬਾਈ ਫਿਕਰ ਕਰਦਾ ਹੋਣਾ ਵੀ ਭੋਲਾ ਸੁਦੇਹਾਂ ਦਾ ਗਿਆ ਹਲੇ ਤੱਕ ਮੁੜਿਆ ਨਹੀਂ, ਪਰ ਤੈਂ ਕਿਹੜਾ ਨਿਤ ਨਿਤ ਕਹਿਣਾ। ਚੱਲ ਫੜਾ ਹੋਵੇ ਪਾਣੀ ਦੇ। ਲੈ ਨਾ ਹੈ ਕੌਣ ਏ? ਛਿੰਦੀ ਆ, ਮੇਰੀ ਪਿੱਪਲ ਮਾਜਰੀ ਵਾਲੀ ਨਨਾਣ ਪੂਰੀ ਹੋ ਗਈ ਸੀ ਨਾ, ਉਹਦੀ ਕੁੜੀ ਨੀ ਛਿੰਦੀ। ਹਾਂ ਭੋਲੇ ਨੂੰ ਨਾ ਦੋ ਫੁਲਕੇ ਲਾ ਦੇ, ਮੈਂ ਜਰਾ ਆਪਣਾ ਕੰਮ ਕਾ ਲਵਾਂ। ਹੈ ਠੀਕ ਆ। ਤੁਸੀਂ ਸਾਰੇ ਪਿੰਡ ਵਾਲਿਆਂ ਦਾ ਇੰਨਾ ਹੀ ਕੰਮ ਕਰਦੇ ਹੋ? ਲਾਹੌਰ ਮੈਨੂੰ ਤਾਂ ਕੱਲ੍ਹ ਨਾਲ ਦੇ ਪਿੰਡ ਮਕਡੋਨੇ ਵਾਲੇ ਵੀ ਕਹਿੰਦੇ ਸੀ ਵੀ ਭੋਲਿਆ ਸਾਡਾ ਵੀ ਹੱਥ ਵਟਾ ਜਾ ਕਰ। ਅੱਛਾ ਤਾਂ ਫਿਰ? ਲੈ ਜਵਾਬ ਹੀ ਦੇਣਾ ਸੀ, ਦੇਤਾ ਤੋੜ ਕੇ। ਮੈਂ ਕਿਹਾ ਭੋਲੇ ਦੇ ਆਪਣੇ ਪਿੰਡ ਦੇ ਕੰਮ ਹੀ ਨਹੀਂ ਮੁੱਕਦੇ, ਹੋਰ ਪਿੰਡਾਂ ਦੇ ਕੰਮ ਕਰਕੇ ਮੈਂ ਕਿਹੜੀ ਜਲਦਾਰੀ ਲੈਣੀ ਹੈ। ਨੂੰ ਪੁੱਛ ਕੇ ਉਹਦੇ ਘਰ ਦੇ ਚਾਰ ਕੰਮ ਦੱਸ ਦਿਓ, ਜੇ ਉਹਦੇ ਬਦਲੇ ਥੋੜੀ ਕੋਈ ਰਾਤ ਕਰਦਾ ਤਾਂ। ਭੋਲੇ ਉਹ ਤੈਨੂੰ ਵੀਰੇ ਕੇ ਸਾਦੇ ਸੀ। ਹਾਂ ਆਖਿਆ ਵੀ ਭੋਲਾ ਛੇਤੀ ਗੇੜਾ ਮਾਰ ਕੇ ਜਾਵੇ, ਪਰ ਵਾਰੀ ਦਾ ਪੰਜਾਬੋ ਤਾਈ ਗਈ ਸੀ। ਉਹ ਤੂੰ ਦੇਖ ਲਈ ਕੋਈ ਨਾ ਭੋਲੇ ਚਲੇ ਜਾ।
पैसे ले जा। ओ यार मैनू नहीं लोड़, मैं कमा लेने आपे। ते पैसे कितने मिट्टी जा कमा ले आएगा, थोड़े बहुत नाल रखी जाते हैं, जरा कमा ले आएगा तो मोड़ दी। ओ नहीं कोई चक्कर, ओ ले ले यार वीर बन के असि बुगनिया तोड़ के लेके आए हैं। वैसे यार 1000 रुपया हुंदा किन्ना गा? पता नहीं यार, सानू तां गिनती विसाता कांदी है।